Santa
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਉਚਾਰਨ ਕੀਤਾ ਹੋਇਆ ਇਹ ਸ਼ਬਦ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਅੱਜ ਜੋ ਅਸੀਂ ਇਹ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਅੱਜ ਦੇ ਦਿਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਵਿੱਤਰ ਸਥਾਨ 'ਤੇ ਪਖੰਡੀ ਸਾਧ ਜੋ ਆਪਣੀ ਪੂਜਾ ਕਰਵਾਉਣ ਕਰਕੇ ਸੱਪ ਦੀ ਜੂਨ ਵਿੱਚ ਪਿਆ ਹੋਇਆ ਸੀ ਉਹਦਾ ਉਧਾਰ ਕੀਤਾ, ਉਹਦੇ ਕੀਤੇ ਗੁਨਾਹਾਂ ਨੂੰ ਕੀਤੇ ਗੁਨਾਹਾਂ ਦਾ ਹਿਸਾਬ ਮੁਕਾ ਕੇ ਉਹਦੀ ਮੁਕਤੀ ਕੀਤੀ। ਇਹ ਸਤਿਗੁਰੂ ਮਹਾਰਾਜ ਜੀ ਦੇ ਵਿੱਚ ਹੀ ਸਮਰੱਥ ਹੈ ਕਿ ਉਹ ਮੁਕਤੀ ਦਾ ਦਾਨ ਦੇ ਸਕਦੇ ਨੇ। ਦੁਨੀਆਂ ਦੇ ਵਿੱਚ ਬਹੁਤ ਸਾਰੇ ਪਖੰਡੀ ਲੋਕ ਆਪਣੇ ਮਗਰ ਲੋਕਾਂ ਨੂੰ ਲਾਉਣ ਵਾਸਤੇ ਪਖੰਡ ਕਰਦੇ ਨੇ, ਕੋਈ ਗੁਰੂ ਅਖਵਾਉਂਦਾ, ਕੋਈ ਸਤਿਗੁਰੂ ਅਖਵਾਉਂਦਾ, ਕੋਈ ਕੁਝ ਅਖਵਾਉਂਦਾ, ਪਰ ਇਹਨਾਂ ਦੇ ਅਖਵਾਉਣ ਨਾਲ ਉਹ ਸਤਿਗੁਰੂ ਜਾਂ ਗੁਰੂ ਨਹੀਂ ਬਣ ਜਾਣੇ। ਪਖੰਡ ਕਰਨ ਦੇ ਕਰਕੇ ਮਰਨ ਤੋਂ ਬਾਅਦ ਆਪ ਵੀ ਟਿੱਡੀਆਂ ਜੂਨਾਂ ਵਿੱਚ ਪੈਣਗੇ ਅਤੇ ਉਹਨਾਂ ਦੇ ਮੰਨਣ ਵਾਲੇ ਚੇਲੇ ਪਖੰਡੀਆਂ ਦੇ ਮਗਰ ਲੱਗ ਕੇ ਆਪਣਾ ਜੀਵਨ ਖਰਾਬ ਕਰਨ ਵਾਲੇ ਬੇਸਮਝ ਲੋਕ ਵੀ ਜਿਵੇਂ ਇਸ ਅਸਥਾਨ 'ਤੇ ਸੱਪ ਦੇ ਵਿੱਚ ਕੀੜੇ ਪਏ ਹੋਏ ਸਨ, ਉਹ ਵੀ ਕੀੜੇ ਆਦਿਕ ਬਣ ਕਰਕੇ ਆਪਣਾ ਹਿਸਾਬ ਕਿਤਾਬ ਜੋ ਮਨੁੱਖਾ ਜਨਮ ਦਾ ਲਾਭ ਨਹੀਂ ਲੈ ਸਕੇ ਉਹਨੂੰ ਟਿੱਡੀਆਂ ਜੂਨਾਂ ਵਿੱਚ ਪੈ ਕੇ ਪੂਰਿਆਂ ਕਰਨਗੇ। ਇਹ ਜੋ ਅੱਜ ਪਵਿੱਤਰ ਦਿਹਾੜਾ ਅਸੀਂ ਮਨਾ ਰਹੇ ਹਾਂ, ਅੱਜ ਦੇ ਦਿਨ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸ ਅਸਥਾਨ 'ਤੇ ਆਪ ਆ ਕਰਕੇ ਜੋ ਦੁਖੀ ਸੀ ਸੱਪ ਦੀ ਜੂਨ ਵਿੱਚ ਪੈ ਕੇ ਉਹਨੂੰ ਮੁਕਤੀ ਦਾ ਦਾਨ ਦਿੱਤਾ। ਇਸੇ ਐਸੇ ਸਤਿਗੁਰਾਂ ਦੀ ਬਾਬਤ ਹੀ ਪੰਜੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਬਚਨ ਹਨ, ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ, ਕਿ ਅਸੀਂ ਉਹਨਾਂ ਗੁਰਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਆਪ ਮੁਕਤ ਮੋਹਿ ਤਾਰੈ, ਆਪ ਵੀ ਮੁਕਤ ਹਨ ਅਤੇ ਸਾਡੇ ਵਰਗਿਆਂ ਦਾ ਵੀ ਭਲਾ ਕਰ ਸਕਦੇ ਨੇ। ਆਓ ਸਾਰੇ ਮਿਲ ਕੇ ਸ਼ਬਦ ਪੜ੍ਹੀਏ ਅਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਸ ਪਵਿੱਤਰ ਦਿਹਾੜੇ ਨੂੰ, ਉਸ ਸਮੇਂ ਨੂੰ ਯਾਦ ਕਰੀਏ, ਉਸ ਸਮੇਂ ਦੇ ਵਿੱਚ ਆਪਣਾ ਧਿਆਨ ਲੈ ਜਾਈਏ ਕਿ ਛੇਵੇਂ ਪਾਤਸ਼ਾਹ ਮਹਾਰਾਜ ਇੱਥੇ ਜੰਗਲ ਦੀ ਝਿੜੀ ਵਿੱਚ ਖੜ੍ਹੇ ਹਨ, ਇੱਕ ਸੱਪ ਆ ਰਿਹਾ, ਉਹਦੀ ਮੁਕਤੀ ਕਰ ਰਹੇ ਨੇ, ਉਹਦਾ ਉਧਾਰ ਕਰ ਰਹੇ ਨੇ। ਆਓ ਸਾਰੇ ਮਿਲ ਕੇ ਇਸ ਸ਼ਬਦ ਦਾ ਗਾਇਨ ਕਰੀਏ। ਆਪ ਮੁਕਤ ਮੋਹਿ ਤਾਰੈ ਪਲ ਜਾਏ।
ਸੇਵਾ ਕਰਵਾਉਂਦੇ ਰਹਿਣ ਦਾ ਬਲ ਬਖਸ਼ਣ ਸਾਨੂੰ ਸਭਨਾਂ ਨੂੰ ਗੁਰੂ ਘਰ ਦੇ ਵਿੱਚ ਸੇਵਾ ਕਰਨ ਦਾ ਬਲ ਬਖਸ਼ਣ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਕਲਿਆਣਸਰ ਸਾਹਿਬ। ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਦੀ ਬਾਣ ਸਜਿਆ ਹੋਇਆ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਦਲਜੀਤ ਸਿੰਘ ਜੀ, ਭਾਈ ਸਾਧੂ ਸਿੰਘ ਜੀ, USA ਵਾਲਾ ਰਾਗੀ ਜਥਾ ਜੋ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਸੰਗਤਾਂ ਦੀ ਕੀਰਤਨ ਔਰ ਪ੍ਰਚਾਰ ਦੁਆਰਾ ਸੇਵਾ ਕਰ ਰਹੇ ਹੈ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਇਹਨਾਂ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ। ਸਤ ਸੰਗਤ ਜੀ, ਉਹ ਆਓ ਹੁਣ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦਾ ਸਾਬਕਾ ਹਜ਼ੂਰੀ ਰਾਗੀ ਜਥਾ ਰਾਗੀ ਭਾਈ ਬਲਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਤੁਰਕੀ ਬਾਣੀ ਦਾ ਕੀਰਤਨ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਅਸਥਾਨ ਦੇ ਉੱਪਰ ਪਹੁੰਚੇ ਹਾਂ, ਸਤਿਗੁਰਾਂ ਦੀ ਸੰਗਤ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰੀਏ।
ਤੁਰਕੀ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਹਨ। ਰਾਗੀ ਭਾਈ ਬਲਵੀਰ ਸਿੰਘ ਜੀ, ਸਾਬਕਾ ਹਜ਼ੂਰੀ ਰਾਗੀ ਜਥਾ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ, ਪੌਣੇ ਘੰਟੇ ਵਾਸਤੇ ਕੀਰਤਨ ਦੀ ਸੇਵਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।